ਫਾਜ਼ਿਲਕਾ ਦੇ ਵਾਰਡ ਨੰਬਰ 9 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨੇਤਰੀ ਰਚਨਾ ਕਟਾਰੀਆ ਦੀ ਅਗਵਾਈ ਦੇ ਵਿੱਚ ਵਰਕਰ ਮੀਟਿੰਗ ਹੋਈ ਸੰਪੰਨ। ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਪਹੁੰਚ ਕੇ ਭਰਿਆ ਵਰਕਰਾਂ ਦੇ ਵਿੱਚ ਜੋਸ਼। ਫਾਜ਼ਿਲਕਾ ਦੇ ਵਾਰਡ ਨੰਬਰ 9 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸੰਪੰਨ ਹੋਈ। ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਨੇਤਰੀ ਰਚਨਾ ਕਟਾਰੀਆ ਦੀ ਅਗਵਾਈ ਦੇ ਵਿੱਚ ਸੰਪੰਨ ਹੋਈ, ਜਿਸ ਦੇ ਵਿੱਚ ਸਾਬਕਾ ਮੰਤਰੀ ਹੰਸਰਾਜ ਜੋਸਨ ਪਹੁੰਚੇ, ਜਿਨ੍ਹਾਂ ਵੱਲੋਂ ਆਪਣੇ ਸੰਬੋਧਨ ਦੇ ਦੌਰਾਨ ਵਰਕਰਾਂ ਦੇ ਵਿੱਚ ਜੋਸ਼ ਭਰਿਆ ਗਿਆ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਹੰਸਰਾਜ ਜੋਸਨ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਹਰ ਵਾਰਡ ਦੇ ਅੰਦਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਅਤੇ ਵਰਕਰਾਂ ਦੇ ਵਿੱਚ ਜੋਸ਼ ਭਰਿਆ ਜਾ ਰਿਹਾ ਅਤੇ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਦੇ ਲਈ ਤਿਆਰ ਰਹਿਣ ਦੇ ਲਈ ਵੀ ਕਿਹਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਅੱਜ ਉਹ ਵਾਰਡ ਨੰਬਰ 9 ਦੇ ਵਿੱਚ ਆਏ ਹਨ ਅਤੇ ਇੱਥੇ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਵਰਕਰਾਂ ਨੂੰ ਚੋਣਾਂ ਦੇ ਲਈ ਤਿਆਰ ਰਹਿਣ ਦੇ ਲਈ ਵੀ ਕਿਹਾ ਜਾ ਰਿਹਾ ਹੈ। ਅਰਚਨਾ ਕਟਾਰੀਆ ਜੀ ਦੀ ਰਹਿਨਮਾਈ ਦੇ ਥੱਲੇ ਜੋ ਮੀਟਿੰਗ ਕੀਤੀ ਹੈ ਮਾਸ ਕੰਟੈਕਟ ਦੀ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੋ 13 ਨਿਕਾਤੀ ਪ੍ਰੋਗਰਾਮ ਲੈ ਕੇ ਨੇ ਆਏ ਨੇ, ਉਹਦੇ ਬਾਰੇ ਲੋਕਾਂ ਦੇ ਨਾਲ ਜੋ ਅਸੀਂ ਰਾਬਤਾ ਕੀਤਾ ਅਤੇ ਆਪਣੀ ਗੱਲ ਕੀਤੀ ਅਤੇ ਲੋਕਾਂ ਦੀ ਗੱਲ ਸੁਣੀ ਹੈ। ਮੈਂ ਮਹਿਸੂਸ ਕਰਨਾ ਕਿ ਜਿੰਨੀਆਂ 13 ਦੀ 13 ਸਾਡੇ ਪ੍ਰਧਾਨ ਸਾਹਿਬ ਨੇ ਜੋ ਉਹਨਾਂ ਨੇ ਪ੍ਰੋਗਰਾਮ ਲੈ ਕੇ ਆਏ ਨੇ, ਇਹ ਸਾਰੀਆਂ ਆਮ ਬੰਦੇ ਦੇ ਨਾਲ ਰਿਲੇਟਡ ਗੱਲਾਂ ਨੇ। ਅਤੇ ਪੁਰਾਣੇ ਸਮੇਂ ਦੇ ਵਿੱਚ ਵੀ ਜੋ ਸ਼੍ਰੋਮਣੀ ਅਕਾਲੀ ਦਲ ਅਤੇ ਸਾਡੇ ਪ੍ਰਧਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ, ਉਹ ਉਹਨਾਂ ਨੇ ਕੀਤਾ। ਔਰ ਇਸ ਕਰਕੇ ਲੋਕਾਂ ਨੂੰ ਇਹ ਪੂਰਨ ਉਮੀਦ ਹੈ ਕਿ ਸੁਖਬੀਰ ਸਿੰਘ ਬਾਦਲ ਜਦੋਂ ਆਉਣਗੇ ਉਸ ਵੇਲੇ ਗੱਲਾਂ ਸਾਰੀਆਂ ਸਾਨੂੰ ਮਿਲ ਜਾਣਗੀਆਂ ਅਤੇ ਲੋਕਾਂ ਦੇ ਵਿੱਚ ਬੜਾ ਭਾਰੀ ਰਿਸਪੋਂਸ ਹੈ। ਔਰ ਮੈਂ ਇਹ ਕਹਿ ਸਕਦਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਗੌਰਮੈਂਟ ਆਏਗੀ ਅਤੇ ਉਹਦੇ 'ਚ ਜਿੰਨੇ ਉਹਨਾਂ ਦੇ ਜੋ MLA ਨੇ ਸ਼੍ਰੋਮਣੀ ਅਕਾਲੀ ਦਲ ਅਤੇ BSP ਦੇ ਨਾਲ ਸੰਬੰਧਿਤ ਨੇ, ਉਹ ਸਾਰੇ ਪੰਜਾਬ ਦੇ ਵਿੱਚ ਜਿੱਤ ਕੇ ਬਹੁਤ ਵੱਡੀ ਸ਼ਾਨਦਾਰ ਜਿੱਤ ਦੇ ਨਾਲ ਜਿਹੜੀ ਗੌਰਮੈਂਟ ਬਣਾਉਣਗੇ ਔਰ ਲੋਕਾਂ ਦੀ ਸੇਵਾ ਕਰਨਗੇ। ਅਸੀਂ ਵਾਰਡ ਨੰਬਰ 9 ਦੇ ਬੜੇ ਖੁਸ਼ ਨਸੀਬ ਹਾਂ, ਜਿਹੜਾ ਕਿ ਸਾਨੂੰ ਰੱਬ ਦਾ ਰੂਪ ਸ਼੍ਰੀ ਹੰਸਰਾਜ ਜੋਸਨ ਸਾਡੇ ਪ੍ਰਧਾਨ ਸਾਹਿਬ ਨੇ ਦਿੱਤਾ ਹੈ। ਅਤੇ ਇਸ ਤੋਂ ਵਧੀਆ ਸਾਡੀ ਕੋਈ ਹੋਰ ਇਸ ਖੁਸ਼ੀ ਵਾਲੀ ਗੱਲ ਨਹੀਂ ਹੋ ਸਕਦੀ। ਅਸੀਂ ਸਾਰੇ ਇਕੱਠੇ ਹੋ ਕੇ ਸ਼੍ਰੀ ਹੰਸਰਾਜ ਜੋਸਨ ਦਾ ਸਾਥ ਦੇ ਰਹੇ ਹਾਂ ਔਰ ਦੇਵਾਂਗੇ, ਔਰ ਪਰਮਾਤਮਾ ਕਿਰਪਾ ਕਰੇਗਾ ਇਹਨਾਂ ਨੂੰ ਇੱਥੋਂ MLA ਬਣਾ ਕੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਕਾਮਯਾਬ ਕਰਾਂਗੇ। ਸਾਰੇ ਵਾਰਡ ਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਤਕੜੇ ਹੋ ਕੇ ਸ਼੍ਰੀ ਹੰਸਰਾਜ ਜੋਸਨ ਦੀ ਸਪੋਰਟ ਕਰਨ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਦਿਸ਼ਾ ਦਿਸ਼ਾ ਹੇਠ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਸ਼੍ਰੀ ਹੰਸਰਾਜ ਜੋਸਨ ਸਾਹਿਬ ਦੇ ਨਾਲ ਸਾਰੀ ਲੀਡਰਸ਼ਿਪ, ਜਿੱਥੇ ਸਾਰੇ ਸ਼ਹਿਰ ਦੇ ਹਰੇਕ ਵਾਰਡ ਦੇ ਵਿੱਚ ਜਾ ਕੇ ਬਾਦਲ ਸਾਹਿਬ ਵੱਲੋਂ ਸ਼ੁਰੂ ਕੀਤਾ 13 ਨਿਕਾਤੀ ਪ੍ਰੋਗਰਾਮ ਬਾਰੇ ਜਾਣੂ ਕਰਵਾ ਰਹੇ ਹਨ। ਉਸ ਸਟੱਡੀ ਦੇ ਤਹਿਤ ਚੱਲਦੇ ਹੀ ਸ਼੍ਰੀ ਹੰਸਰਾਜ ਜੋਸਨ ਸਾਹਿਬ ਅੱਜ ਦੇ ਵਾਰਡ ਨੰਬਰ 9 ਦੇ ਵਿੱਚ ਜਿੱਥੇ ਉਹਨਾਂ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕੀਤਾ ਅਤੇ ਬਾਦਲ ਸਾਹਿਬ ਵੱਲੋਂ ਜਿਹੜਾ 13 ਨਿਕਾਤੀ ਪ੍ਰੋਗਰਾਮ ਜਿਹੜਾ ਦਿੱਤਾ ਗਿਆ ਉਸ ਬਾਰੇ ਵਿਸਤਾਰਪੂਰ ਜਾਣਨਾ ਪਾਇਆ ਅਤੇ ਜਿਸ ਤਰ੍ਹਾਂ ਲੋਕਾਂ ਨੇ ਪਿਆਰ ਮਾਨ ਸਤਿਕਾਰ ਦਿੱਤਾ ਉਸ ਤਰ੍ਹਾਂ ਜਿਹੜਾ ਸੀਟ ਹੈ ਵਿਧਾਨ ਸਭਾ ਦੀ ਉਹ ਸ਼੍ਰੀ ਹੰਸਰਾਜ ਜੋਸਨ ਸਾਹਿਬ ਦੀ ਸੀਟ ਅਸੀਂ ਜਿਤਾ ਕੇ ਉਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਚੋਲੀ ਪਾਉਂਦੇ।